आ देख लो जी, इधर अपना टायर चेंज हो रहा। टायर ना खराब हो गया सगा, टायर का काम हो गया उधरले का, तो वह चेंज करते पे यार। मैं लेट हो गया अपने लोड तो। आ हाल है अपना, देख लो जी, हूँ आप लोड कर लिया। अजे तुम देखो कि थले आ, देख लो, ठीक है, लोड आप कर लिया आ, तो हूँ आप निकलीए, ठीक है जी। हाँ बहुत थले आ, कदली थले आ, जोड़ा एयर प्रैशर है ना, एयर प्रैशर जोड़ा वो सैट करने वाला आ, वह सैट इतों हों, देखो वो सैट हों, इतों इनू इदा खिंच देना है, बस इन्हें अपने आप ही जिन्ना भी आ वो लैवल ते लै आना है। आ देखो जे तुम देखो छिल होया ना इधर, है ना, ये ना गल करके आ, जे तुम सेंटर च नहीं रखते, जे तुम सेंटर च नहीं ना रखते इनू, आ देख लो इधर आ सारा छिल होया। आ जिहड़ा बक्सा आ, जिहड़ा बक्सा आ, आ वाला बक्सा, ये हैगा किचन है अपने, ये जी अपना चुल्हा चुल्हा जो समान पिया ये सारा छिल हो जाता। फिर स्ट्रेसफुल दे रहा मेरे लिए, स्ट्रेस इन्ना कि तुम यकीन मनो कि दस नहीं सकता। मैं शीशे के साइड से ना एक स्टिकर लगा होना चाहिए, वो हैगा
ਬੇਸਿਕਲੀ ਜਿਹੜਾ ਇਹਦਾ ਟੋਲ ਟੈਕਸ ਆ, ਟੋਲ ਟੈਕਸ ਤੁਸੀਂ ਮਸ਼ੀਨ ਜੀ ਰੱਖ ਲੈਣੀ ਹੁੰਦੀ ਆ, ਉਹ ਮਸ਼ੀਨ ਆਪਾਂ ਨੂੰ ਕੰਪਨੀ ਨੇ ਆਲਰੇਡੀ ਦਿੱਤੀ ਹੋਈ ਆ, ਫਿਰ ਆਟੋਮੈਟਿਕਲੀ ਇਹਨਾਂ ਨੇ ਲਾਏ ਹੋਏ ਡਿਵਾਈਸ ਜੇ ਰੋਡਾਂ ਦੇ ਉੱਤੇ ਹੈ ਨਾ, ਉਹ ਸਾਰਾ ਕੁਛ ਉਹ ਕੱਟ ਕੁੱਟ ਹੋ ਜਾਂਦਾ ਆਪਣੇ ਆਪ ਹੀ। ਇਹ ਫਾਇਦਾ ਹੈ ਜੀ, ਇਹ ਥੋੜ੍ਹਾ ਜਿਹਾ ਬੈਲਜੀਅਮ ਦਾ ਕੰਟਰੀ ਹੈਗੀ, ਬੈਲਜੀਅਮ, ਜਰਮਨੀ, ਫਰਾਂਸ, ਪੋਰਚੁਗਲ, ਸਪੇਨ, ਆਸਟਰੀਆ, ਅਤੇ ਇਹਨਾਂ ਕੰਟਰੀਆਂ 'ਚ ਚੱਲਦਾ ਇਹ ਡਿਵਾਈਸ। ਨਹੀਂ ਤਾਂ ਜਿੱਦਾਂ ਹੋਲੈਂਡ ਹੋ ਗਿਆ, ਹੋਲੈਂਡ ਤੁਹਾਨੂੰ ਜਾਣ ਲਈ ਟਿਕਟ ਲੈਣੀ ਪੈਂਦੀ ਔਨਲਾਈਨ, ਹੋਲੈਂਡ ਲੁਕਸਮਬਰਗ ਇਹ ਜਿਹੜੀਆਂ ਕੰਟਰੀਆਂ ਤੁਹਾਨੂੰ ਟਿਕਟ ਲੈਣੀ ਪੈਂਦੀ ਹੈ ਔਨਲਾਈਨ, ਤੁਸੀਂ ਕੰਪਨੀ ਨੂੰ ਪੁੱਛ ਸਕਦੇ ਹੋ, ਤੁਹਾਨੂੰ ਟਿਕਟ ਲੈ ਕੇ ਦੇ ਦਿੰਦੇ। ਇਹ ਹੋ ਗਿਆ, ਅਤੇ ਸਵਿਟਜ਼ਰਲੈਂਡ 'ਚ ਤੁਹਾਨੂੰ ਪੇ ਕਰਨਾ ਪੈਂਦਾ, ਪਹਿਲਾਂ ਤਾਂ ਜਾਣ ਲੱਗਿਆ ਤੁਸੀਂ ਅੰਦਰ ਐਂਟਰ ਹੋਣ ਲੱਗਿਆ ਤੁਸੀਂ ਉਹਨੂੰ ਰਜਿਸਟਰ ਕਰਨਾ ਵੀ ਕਿੰਨੇ ਕਿਲੋਮੀਟਰ 'ਚ ਮੈਂ ਮੇਰੀ ਵਹੀਕਲ ਦੇ ਕਿੰਨੇ ਕਿਲੋਮੀਟਰ ਹੈ, ਹਾਂਜੀ ਮੇਰੇ ਵਹੀਕਲ ਦੇ ਫਲਾਣੇ ਕਿਲੋਮੀਟਰ ਹੈ, ਲੱਖ ਕੁਛ ਇੱਦਾਂ ਕਰਕੇ ਜਿੰਨੇ ਵੀ ਤੁਹਾਡੇ ਬਣਦੇ ਹੈਗੇ ਆ ਉੱਥੇ ਸਪੀਡੋਮੀਟਰ 'ਤੇ ਲਿਖਿਓ ਹੈ ਨਾ, ਉਹ ਮੀਟਰ 'ਤੇ ਜਦੋਂ ਤੁਸੀਂ ਲਿਖ ਦੇਣੇ ਆ ਫਿਰ ਉਹ ਪੇਪਰ 'ਤੇ ਲਿਖ ਕੇ ਲੈ ਜਾਣੇ ਆ, ਮਸ਼ੀਨ 'ਚ ਵੀ ਤੁਸੀਂ ਉਨਾ ਹੀ ਦੇ ਉਨਾ ਹੀ ਕਿਲੋਮੀਟਰ ਪਾਉਣੇ ਹੋ। ਜਦੋਂ ਆਪਾਂ ਐਗਜ਼ਿਟ ਹੋਣ ਲੱਗੇ ਸੀ ਸਵਿਟਜ਼ਰਲੈਂਡ ਤੋਂ, ਫਿਰ ਆਪਾਂ ਜਿੰਨੇ ਕਿਲੋਮੀਟਰ ਹੁਣ ਇਸ ਟਾਈਮ ਸੀਗੇ ਉੱਤੇ ਲਿਖਿਓ ਮੀਟਰ 'ਤੇ, ਉਨਾ ਹੀ ਆਪਾਂ ਪੇਪਰ ਦੇ ਥੱਲੇ ਲਿਖ ਦਿੱਤੇ, ਉਹ ਉਹਨੇ ਆਪਣੇ ਕੰਪਿਊਟਰ 'ਚ ਪਾ ਲਏ, ਹੁਣ ਫਿਰ ਉਹਨੇ ਆਟੋਮੈਟਿਕਲੀ ਉਹ ਜਿਹੜਾ ਕਾਰਡ ਆਪਾਂ ਰਜਿਸਟਰ ਕੀਤਾ ਸੀਗਾ ਪੇਮੈਂਟ ਕਾਰਡ, ਕ੍ਰੈਡਿਟ ਕਾਰਡ ਸੀਗਾ ਕੰਪਨੀ ਦਾ, ਉਹਨਾਂ ਨੇ ਆਟੋਮੈਟਿਕਲੀ ਉਹਨਾਂ ਨੂੰ ਚਾਰਜ ਕਰ ਦੇਣੇ ਆ। ਠੀਕ ਹੈ ਜੀ, ਇੱਦਾਂ ਹੁੰਦਾ। ਜਿਹੜਾ ਤਰੀਕਾ ਵੀ ਐਕਸਪਲੇਨ ਕਰਨ ਦਾ ਨਾ ਇੱਕ, ਜਿਹੜਾ ਕਨਫਿਊਜ਼ਿੰਗ ਨਹੀਂ ਹੋਣਾ ਚਾਹੀਦਾ ਤਰੀਕਾ ਵੀ, ਮੇਰੇ ਹਿਸਾਬ ਨਾਲ ਮੈਨੂੰ ਜਿੱਥੇ ਤੱਕ ਮੈਨੂੰ ਲੱਗਦਾ ਆ ਸਿੰਪਲ ਤਰੀਕਾ ਹੋਣਾ ਚਾਹੀਦਾ, ਚਾਹੇ ਉਹਨੂੰ ਤੁਸੀਂ ਲੰਬਾ ਕਰ ਦਿਓ ਐਕਸਪਲੇਨ ਕਰਨ, ਸ਼ੋਰਟ ਨਾ ਕਰੋ। ਤੁਹਾਨੂੰ ਮੈਂ ਇੱਦਾਂ ਹੀ ਕਹਿਣਾ ਵਾ, ਉਹ ਇੱਦਾਂ ਆਇਆ ਉਹ ਮਸ਼ੀਨ ਦੇ ਵਿੱਚ ਜਾ ਕੇ ਤੁਸੀਂ ਇੱਦਾਂ ਤੱਕ ਪਾਉਣਾ, ਕੋਈ ਚੱਕਰ ਨਹੀਂ ਗਾ, ਹੁਣ ਇੱਦਾਂ ਥੋੜ੍ਹਾ ਪਤਾ ਲੱਗਦਾ ਜੀ। ਹੁਣ ਜਿੱਦਾਂ ਤੁਸੀਂ ਐਕਸਪਲੇਨ ਕਰੋਗੇ ਕਿਸੇ ਨੂੰ ਵੀ ਬਹੁਤ ਮਾਇਨੇ ਰੱਖਦਾ ਜੀ ਕਿੱਦਾਂ ਇੱਕ ਬੰਦਾ ਐਕਸਪਲੇਨ ਕਰਦਾ, ਅਤੇ ਇੰਨੀਆਂ ਕੁ ਗੱਲਾਂ ਆ ਜੀ। ਦੇਖੋ ਅੱਜ ਦੀ ਦਿਹਾੜੀ ਆਪਾਂ ਇੱਥੇ ਮੰਗਾ ਦੇਈਏ ਤਾਂ ਵਧੀਆ ਹੈ, ਦੇਖੋ ਜੀ ਅੱਜ ਦੀ ਜਿਹੜੀ ਵੀਡੀਓ ਆ, ਬਾਕੀ ਦੇਖੋ ਆ ਖਿਆਲ ਰੱਖਿਓ ਆਪਣਾ, ਤੁਹਾਡਾ ਬਹੁਤ ਪਿਆਰ ਮਿਲ ਰਿਹਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਖਿਆਲ ਰੱਖਿਓ ਜੀ ਆਪਣਾ, ਅਤੇ ਵੱਧ ਤੋਂ ਵੱਧ ਸਪੋਰਟ ਕਰੀ ਜਾਓ ਬਸ ਜੀ।